ਗੋਲੀਆਂ ਮਾਰਦੇ ਨੇ ਬੀਐਸਐਫ ਵਾਲੇ ਸੀਆਰਪੀ ਵਾਲੇ। ਮੈਂ ਇਹਨਾਂ ਨੂੰ ਵੀ ਕਹਿਣਾ ਚਾਹੁੰਦਾ, ਇਹ ਅੰਦੋਲਨ ਤੁਹਾਡਾ ਵੀ ਆ, ਕਿਉਂਕਿ ਸਰਕਾਰ ਨੇ ਤੁਹਾਡੇ ਤੇ ਵੀ ਪਹਾੜਾ ਧਰ ਦਿੱਤਾ। ਤੁਹਾਡੀ ਜਿਹੜੀ ਅਗਲੀ 20 ਯੋਜਨਾ ਚਲਾਤੀ ਹੈ, 4 ਸਾਲ ਦੀ ਚਲਤੀ ਹੈ ਤੁਹਾਡੀ ਗਰੰਟੀ, ਤੁਹਾਨੂੰ ਵੀ ਕੱਢਣ ਗਏ। ਇਸ ਕਰਕੇ ਇਹ ਫੌਜੀਆਂ ਦਾ ਅੰਦੋਲਨ ਹੈ, ਜਿੰਨੇ ਵੀ ਫੌਜੀ ਨੇ ਸਾਰੇ ਇਸ ਅੰਦੋਲਨ ਦੇ ਵਿੱਚ ਸ਼ਾਮਲ ਹੋ ਗਏ। ਜਿਹੜਾ ਪੁਲਿਸ ਪ੍ਰਸ਼ਾਸਨ ਹਰਿਆਣਾ ਸਾਡੇ ਤੇ ਗੋਲੀਆਂ ਮਾਰ ਰਿਹਾ, ਜੋ ਪੰਜਾਬ ਦਾ ਪੁਲਿਸ ਪ੍ਰਸ਼ਾਸਨ ਹੈ, ਮੈਂ ਉਹਨਾਂ ਨੂੰ ਵੀ ਕਹਿਣਾ ਚਾਹ ਰਿਹਾ, ਹੋਰ ਸਮੇਂ ਦੇ ਵਿੱਚ ਇਹ ਸਰਕਾਰਾਂ ਤੁਹਾਨੂੰ ਸਹੀ ਹੁੰਦੇ ਨੇ ਅਧਿਕਾਰੀਆਂ ਨੇ ਪੁਲਿਸ ਵਾਲੇ ਬਾਹਰ ਮਸੀਤੇ ਨੇ ਉੱਥੋਂ ਪਾਲਾਂ ਲਿਆ ਕੇ ਇੱਥੇ ਰੱਖੀਆਂ ਜਾ ਰਹੀਆਂ ਨੇ।
ਇਸ ਕਰਕੇ ਤੁਹਾਨੂੰ ਇਹ ਮਹਿਸੂਸ ਨਹੀਂ ਦੇਣਾ ਚਾਹੁੰਦੇ। ਜਿਹੜੀ ਆਰਮੀ ਲੱਗੀ ਤੁਹਾਡੇ ਗੜੀ ਭਾਈ, ਉਹਨੇ ਟੱਕਾਂ ਦੀ ਵਾੜ ਘੱਟ ਕਰ ਲਿਆ ਕਰੋ। ਇਹ ਜਿਹੜੀ ਆਰਮੀ ਲੱਗੀ ਹੈ, ਇਹ ਦੱਸਦਾ ਵੀ ਤਾਰੇ ਲਾਡੂ ਦੀ ਲਾਈ ਗਈ ਆ। ਇਹਨੇ ਤਾਰੇ ਲਾਡੂ ਵਾਲਿਆਂ ਨੂੰ ਨਾ ਤਾਂ ਹਿੰਦੀ ਆਉਂਦੀ ਆ, ਨਾ ਤਾਂ ਅੰਗਰੇਜ਼ੀ ਆਉਂਦੀ ਆ। ਤੁਸੀਂ ਕਹਿੰਦੇ ਨੇ ਤੁਹਾਡਾ ਸਿੱਧਾ ਬੰਦ ਮਾਰਦੇ ਨੇ, ਸਿੱਧੀਆਂ ਗੋਲੀਆਂ ਮਾਰਦੇ ਨੇ। ਇਹ ਭਾਈ ਇਹ ਫੋਨ ਆ ਗਈ।